ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ ਬੀਤੇ ਦਿਨੀ ਫਗਵਾੜਾ ਬੱਸ ਸਟੈਂਡ ਤੋਂ ਬੈਂਕ ਦੇ ਗ੍ਰਾਹਕ ਨਾਲ ਦੋਸਤਾਨਾ ਤਰੀਕੇ ਨਾਲ ਮੇਲ-ਜੋਲ ਕਰਨ ਤੋਂ ਬਾਅਦ ਗ੍ਰਾਹਕ ਨੂੰ ਆਪਣੀ ਗੱਡੀ ਦਾ ੱਤਕਾ ਲਾਉਣ ਦੇ ਬਹਾਨੇ ਬੁਲਾ ਕੇ ਉਸ ਪਾਸੋਂ 60000 ਰੁਪਏ ਦੀ ਨਕਦੀ ਖੋ ਕੇ ਦੋ ਵਿਅਕਤੀ ਫਰਾਰ ਹੋ ਗਏ ਸਨ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੋਵਾਂੇ ਕਾਰਸਪਾਰ ਲੁਟੇਰੀਆਂ ਦੀਆਂ ਫੋਟੋਆਂ ਹਾਸਲ ਕਰ ਲਈਆਂ ਗਈਆਂ ਨੇ ਫੋਟੋ ਮੁਤਾਬਕ ਉਹਨਾਂ ਦੋਵਾਂ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਜੋ ਕਿ ਭਾਰੇ ਸਰੀਰ ਦਾ ਹੈ ਨੇ ਚਿੱਟੀ ਤੇ ਲਾਲ ਧਾਰੀ ਅੱਧੀ ਬਾਹਾਂ ਵਾਲੀ ਟੀ-ਸ਼ਰਟ ਕਾਲੀ ਜੀਨ ਤੇ ਨੀਲੀ ਜੀਨ ਦੀਆਂ ਅੱਧੀਆਂ ਬਾਹਾਂ ਵਾਲੀ ਜੈਕਟ ਤੇ ਸਿਰ ਤੇ ਟੋਪੀ ਲਈ ਹੋਈ ਹੈ ਜਰਕਿ ਦੂਸਰਾ ਵਿਅਕਤੀ ਪ੍ਰਵਾਸੀ ਜਾਪਦਾ ਹੈ ਜਿਸ ਨੇ ਚਿੱਟੀ ਸ਼ਰਟ ਨੀਲੀ ਜੀਨ ਤੇ ਕਾਲੀ ਜੈਕਟ ਪਾਈ ਹੋਈ ਹੈ ਫੋਟੋ ਮੁਤਾਬਕ ਦੋਨਾਂ ਵਿਅਕਤੀਆਂ ਨੇ ਪੈਰਾਂ ਵਿੱਚ ਸਪੋਰਟ ਸ਼ੂਜ਼ ਵੀ ਪਾਏ ਹੋਏ ਨੇ ਜੇਕਰ ਇਹਨਾਂ ਬਾਰੇ ਕੋਈ ਸੂਚਨਾ ਮਿਲੇ ਤਾਂ ਉਹ ਥਾਣਾ ਸਿਟੀ ਦੇ ਐਸ ਐਚ ਓ ਮੋਬਾਈਲ ਨੰਬਰ 9877800005 ਡੀ ਐਸ ਪੀ ਫਗਵਾੜਾ 9815509393 ਕੰਟਰੋਲ ਰੂਮ ਨੰਬਰ 9915010200 ਅਤੇ 01824260990 ਜਾਫਰ 2022903 ਸੰਪਰਕ ਕਰ ਸਕਦਾ ਹੈ ਨਵੀਂ ਅਤੇ ਤਾਜ਼ਾਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ